ਇਕ ਬਚਨ ਹੈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੁਹੀ ਰਾਗ ਦੇ ਅੰਦਰ ਆਪ ਜੀ ਨੂੰ ਯਾਦ ਹੋਣਾ ਹੈ ਮਹਾਰਾਜ ਜੀ ਕਹਿੰਦੇ ਊਜਲ ਕਹਿ ਹਾਂ ਝਲਕਣਾ ਕੋਟਮ ਕਲੜੀ ਮਸ ਤੋਤਿਆਂ ਜੂਠ ਨਾ ਉਤਰੀ ਜੇ ਸੋ ਧੋਵਾ ਤਿਸ ਤੁਸੀਂ ਕਰਦੇ ਕੀਓ ਤੁਹਾਡੇ ਕਰਮ ਕੈਸੇ ਨੇ ਏ ਮਾਇਨੇ ਰਖਦਾ ਤੁਸੀਂ ਕੀ ਉਹ ਏ ਮਾਇਨੇ ਰਖਦਾ ਹੁਣ ਕਰਮਾਂ ਨੂੰ ਦੇਖੀਏ ਤੇ ਸੱਜਣ ਜੀ ਦੇ ਕਰਮ ਕਿੰਨੇ ਵਧੀਆ ਨੇ ਆਏ ਗਏ ਦੇ ਲਈ ਵਧੀਆ ਜਗ੍ਹਾ ਬਣਾਈ ਹੋਈ ਹੈ ਚੰਗਾ ਖਾਣਾ ਮਿਲਦਾ ਹੈ ਚੰਗਾ ਰਹਿਣ ਨੂੰ ਮਿਲਦਾ ਹੈ ਕਿੰਨਾ ਚੰਗਾ ਕੰਮ ਹੈ ਕਿਰਤ ਕਿੰਨੀ ਚੰਗੀ ਹੈ ਕਿਰਤ ਕਿੰਨੀ ਪਵਿੱਤਰ ਹੈ ਪਰ ਜਿਹੜੀ ਗਿਰਤ ਹੈ ਨਾ ਜਿਹੜਾ ਕਰਮ ਹੈ ਪਿਆਰਿਓ ਇਹ ਬਹੁਤ ਪਰੇਰਿਤ ਹੁੰਦਾ ਹੈ ਇਸ ਸੋਚ ਤੋਂ ਕਿ ਲੋਕਾਂ ਦੇ ਸਾਹਮਣੇ ਸਾਡਾ ਮਾਣ ਬਣਿਆ ਰਹੇ ਸਾਡੀ ਇੱਜ਼ਤ ਬਣੀ ਰਹੇ ਸਾਡਾ ਸਤਕਾਰ ਬਣਿਆ ਰਹੇ ਫਿਰ ਆਪਾਂ ਲੋਕਾਂ ਦੇ ਸਾਹਮਣੇ ਉਹ ਕੰਮ ਕਰਦੇ ਹਾਂ ਜੋ ਅਸਲ 'ਚ ਕਰਨ ਯੋਗ ਹੁੰਦੇ ਨੇ ਜਿਨ੍ਹਾਂ ਨਾਲ ਤੁਹਾਨੂੰ ਲੋਕ ਚੰਗਾ ਕਹਿੰਦੇ ਵਧੀਆ ਕਹਿੰਦੇ ਪਰ ਕੰਮ ਤੇ ਤੁਸੀਂ ਚੰਗਾ ਕੀਤਾ ਪਰ ਉਸ ਦੇ ਪਿੱਛੇ ਨੀਅਤ ਕੀ ਹੈ ਮੈਂ ਤੁਸੀਂ ਕੀ ਹੋ ਤੁਸੀਂ ਉਹ ਜੋ ਦੁਨੀਆ ਦੇ ਸਾਹਮਣੇ ਨਹੀਂ ਹੋ ਹੁਣ ਤੁਹਾਨੂੰ ਪਤਾ ਹੈ ਮੈਨੂੰ ਪਤਾ ਹੈ ਮੈਂ ਕੀ ਹਾਂ ਲੋਕਾਂ ਦੇ ਸਾਹਮਣੇ ਮੈਂ ਕੈਸਾ ਹਾਂ ਆਪਣੇ ਆਪ ਵਿੱਚ ਮੈਂ ਕੈਸਾ ਹਾਂ ਮਹਾਰਾਜ ਜੀ ਦੇ ਬਚਨ ਨੇ ਪਾਤਸ਼ਾਹ ਕਹਿੰਦੇ ਊਜਲ ਕਹਾਂ ਝਲਕਣਾ ਹੁਣ ਬਾਰੀ ਤੌਰ ਤੇ ਜਿਹੜਾ ਕਹਾਂ ਹੈ ਦੁਨੀਆ ਦੀਆਂ ਨਜ਼ਰਾਂ 'ਚ ਤੋਂ ਕੈਸਾ ਜੀ ਚਮਕਦਾਰ ਪਰ ਗੁਰੂਦੇਵ ਕਹਿੰਦੇ ਨੇ ਕੀ ਉਹਦੀ ਚਮਕ ਸਿਰਫ ਦੁਨੀਆ ਦੇ ਸਾਹਮਣੇ ਹੈ ਜੋ ਉਹਦਾ ਦਿਸਦਾ ਹਿੱਸਾ ਹੈ ਉਹ ਚਮਕਦਾ ਪਰ ਜੇ குரு ਨੂੰ ਥੋੜਾ ਜਿਹਾ ਤੁਸੀਂ ਧੋ ਦਿਓ ਉਹ ਤੇ ਜੋ ਫਿਰ ਕਲਖ ਨਿਕਲਨੀ ਸ਼ੁਰੂ ਹੋ ਜਾਣੀ ਦੁਨੀਆ ਦੇ ਸਾਹਮਣੇ ਚਮਕਦਾਰ ਹੈ ਸੱਜਣ ਜੀ ਦੁਨੀਆ ਦੇ ਸਾਹਮਣੇ ਬੜੇ ਚਮਕਦੇ ਨੇ ਬੜੇ ਵਧੀਆ ਕਰਮ ਬਹੁਤ ਵਧੀਆ ਪਹਿਰਾਵਾ ਬੜੀ ਵਧੀਆ ਬੋਲੀ ਭਾਸ਼ਾ ਬੜੇ ਮਿੱਠੇ ਬੋਲ ਗੁਰਦੇਵ ਕਹਿੰਦੇ ਓਜਲ ਕਹਾਂ ਚਿਲਕਣਾ ਕੋਟਮ ਕਲੜੀ ਮਸ ਤੋਤਿਆਂ ਜੂਠ ਨਾ ਉਤਰੈ ਜਿਸੋਂ ਧੋਵਾਂ ਤਿਸ ਮਹਾਰਾਜ ਕਹਿੰਦੇ ਤੁਸੀਂ 100 ਵਾਰੀ ਧੋ ਲੋ ਉਸ ਨੂੰ ਕਹੈ ਨੂੰ ਤੁਸੀਂ ਸੋਮਵਾਰੀ ਧੋਲੋ ਉਹਦੀ ਕਲਖ ਨਹੀਂ ਜਾਣੀ ਮੈਂ ਕਲਖ ਫਿਰ ਵੀ ਹੁੰਦੀ ਰਹਿਣੀ ਹੈ ਪਰ ਹੈ ਬੜਾ ਸਾਫ਼ ਹੈ ਬੜਾ ਸੁਥਰਾ ਹੈ ਬੜਾ ਚਮਕਦਾਰ ਫਿਰ ਗੁਰਦੇਵ ਜੀ ਇੱਕ ਹੋਰ ਬੜੀ ਪਿਆਰੀ ਉਦਾਹਰਣ ਦਿੰਦੇ ਮਹਾਰਾਜ ਕਹਿੰਦੇ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਕਿਉਂ ਕਰ ਉਹ ਮਕਾਨ ਜਿਹੜਾ ਬਾਹਰੋਂ ਤੇ ਬਹੁਤ ਸੁੰਦਰ ਚਿੱਤਰਿਆ ਹੋਇਆ ਬੜੀ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ ਪਰ ਅੰਦਰ ਖਾਲੀ ਹੈ ਮਹਾਰਾਜ ਜੀ ਕਹਿੰਦੇ ਕਿ ਬਹੁਤਾ ਸਮਾਂ ਉਹ ਰੁਕੇਗਾ ਨਹੀਂ ਕੋਠੇ ਮੰਡਪ ਮਾੜੀਆਂ ਪਾਸੂ ਚਿਤਵੀਆਂ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ ਹੁਣ ਬਾਹਰੋਂ ਤੇ ਉਹਨੂੰ ਬਹੁਤ ਸੁੰਦਰ ਤਰ੍ਹਾਂ ਵਿਖਾਇਆ ਹੋਇਆ ਹੈ ਵੀ ਬੜਾ ਸੋਹਣਾ ਹੈ ਬਾਰੂ ਬਹੁਤ ਸੁੰਦਰ ਦਿਖਾਈ ਦਿੰਦਾ ਹੈ ਪਰ ਮਹਾਰਾਜ ਕਹਿੰਦੇ ਵਿੱਚੋਂ ਸਖਣੀਆਂ ਫਿਰ ਤੀਸਰੀ ਉਦਾਹਰਨ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੰਜ ਬਸਨ ਮਹਾਰਾਜ ਜੀ ਬਗਲੇ ਦੀ ਉਦਾਹਰਨ ਦਿੰਦੇ ਨੇ ਕਹਿੰਦੇ ਕਿ ਜਿਹੜੇ ਬਗਲਾ ਹੈ ਜਿਹੜਾ ਉਹਦਾ ਰੰਗ ਜਿਹੜਾ ਹੈ ਉਹ ਕਿੰਨਾ ਚਿੱਟਾ ਹੈ ਕਿੰਨਾ ਸਫੇਦ ਹੈ ਰੈਂਦਾ ਵੀ ਤੀਰਤੇ ਹੈ ਪਰ ਮਹਾਰਾਜ ਜੀ ਕਹਿੰਦੇ ਕੋਟਕੁੱਟ ਜੀਆਂ ਖਾਵਣੇ ਬੱਗੇ ਨਾ ਕਹੀੰ ਅੰਦਰੋਂ ਸਾਫ ਸਫੇਦ ਬਾਹਰੋਂ ਸਾਫ ਸੁਥਰਾ ਬਾਹਰੋਂ ਕਰਨ ਬੜੇ ਵਧੀਆ ਪਰ ਅੰਦਰ ਨiyet ਬਹੁਤ ਮਾੜੀ ਰੱਬ ਪਰਮਾਤਮਾ ਅਕਾਲ ਪੁਰਖ ਤੁਹਾਡੇ ਕਰਮਾਂ ਨਾਲ ਤੁਹਾਨੂੰ ਜੱਜ ਨਹੀਂ ਕਰਦਾ ਦੁਨੀਆ ਕਰਦੀ ਆ ਉਹ ਤੁਹਾਨੂੰ ਤੁਹਾਡੀ ਨੀਅਤ ਨਾਲ ਦੇਖਦਾ ਵੀ ਇਸ ਬੰਦੇ ਦੀ ਨੀਅਤ ਕੀ ਹੈ ਇਸ ਇਹ ਕੰਮ ਜਿਹੜਾ ਕਰਦਾ ਹੈ ਉਹਦੇ ਪਿੱਛੇ ਦੀ ਨੀਅਤ ਕੀ ਹੈ ਹੁਣ ਬਗਲਾ ਮਰਜ਼ ਬਗਲੇ ਦੇ ਉਦਾਹਰਣ ਦੇ ਬਗਲੇ ਦਾ ਧਿਆਨ ਬੜਾ ਕਮਾਲ ਦਾ ਹੈ ਇੱਕ ਲੱਤ ਤੇ ਖੜਾ ਹੋ ਜਾਂਦਾ ਹੈ ਇੰਨਾ ਇਕਾਗਰ ਹੈ ਇੰਨਾ ਟਿਕਿਆ ਹੋਇਆ ਹੈ ਕਿ ਖਿਲਦਾ ਨਹੀਂ ਮਛਲੀਆਂ ਜਿਹੜੀਆਂ ਨੇ ਉਹਨਾਂ ਨੂੰ ਭੁਲੇਖਾ ਪਾਣਾ ਸ਼ੁਰੂ ਹੋ ਜਾਂਦਾ ਹੈ ਤੇ ਭੁਲੇਖਾ ਪਾਣ ਵਾਸਤੇ ਉਹ ਧਿਆਨ ਚ ਹੈ ਉਹਦਾ ਮਕਸਦ ਰੱਬ ਦੀ ਇਬਾਦਤ ਕਰਨਾ ਨਹੀਂ ਉਹਦਾ ਮਕਸਦ ਕੀ ਹੈ ਮਛਲੀਆਂ ਦਾ ਸ਼ਿਕਾਰ ਕਰਨਾ ਹੈ ਆਪਾਂ ਬਸ ਉਹ ਇੱਕ ਲੱਤ ਤੇ ਖੜਾ ਹੈ ਮਛਲੀਆਂ ਦਾ ਝੁੰਡ ਆਉਂਦਾ ਹੈ ਪਹਿਲਾਂ ਨੇੜੇ ਆਉਂਦਾ ਹੈ ਵੀ ਦੇਖਦਾ ਵੀ ਕੋਈ ਸ਼ਿਕਾਰੀ ਤੇ ਨਹੀਂ ਪਰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਨਰਜੀਬ ਜੀ ਚੀਜ਼ ਲੱਗਦੀ ਹੈ ਕੋਈ ਫਰਕ ਨਹੀਂ ਪੈਂਦਾ ਉਹ ਵਰਕੀ ਕਰਦੀਆਂ ਨੇ ਚੱਕਰ ਲਾ ਕੇ ਵਾਪਸ ਆਉਂਦੀਆਂ ਨੇ ਜਿਹੜੀ ਸਭ ਤੋਂ ਅਖੀਰਤ ਚ ਹੁੰਦੀ ਉਹਨੂੰ ਕਾਬੂ ਕਰ ਲੈਂਦਾ ਅਗਲਾ ਝੁੰਡ ਅੱਗੇ ਲੰਘ ਜਾਂਦਾ ਸਭ ਤੋਂ ਪਿਛਲੇ ਨੂੰ ਫੜ ਲੈਂਦਾ ਉਹ ਫਿਰ ਚੱਕਰ ਚੱਕਰ ਲਾ ਕੇ ਆਉਂਦੀਆਂ ਨੇ ਉੱਥੋਂ ਫਿਰ ਘੁੰਮਦੀਆਂ ਨੇ ਫਿਰ ਵਾਪਸ ਜਾਂਦੀਆਂ ਨੇ ਸਭ ਤੋਂ ਅਖੀਰਲੇ ਨੂੰ ਫਿਰ ਕਾਬੂ ਕਰ ਲੈਂਦਾ ਹੁਣ ਧਿਆਨ ਤੇ ਲਾਇਆ ਹੈ ਪਰ ਧਿਆਨ ਲਾਇਆ ਕਿਉਂ ਹੈ ਉਹਦੇ ਪਿੱਛੇ ਨiyet ਕੀ ਹੈ ਉਹਦੇ ਪਿੱਛੇ ਨiyet ਹੈ ਮਛਲੀਆਂ ਨੂੰ ਪੜਨਾ ਹੁਣ ਬਾਹਰੀ ਰੂਪ ਰੰਗ ਬੜਾ ਸੁੰਦਰ ਹੈ ਬੋਲਬਾਣੀ ਬੜੀ ਸਾਫ ਸੁਥਰੀ ਹੈ ਕਰਮ ਦੁੱਧ ਵਰਗੇ ਚਿੱਟੇ ਨੇ ਪਰ ਇਹਨਾਂ ਦੇ ਪਿੱਛੇ ਨiyet ਕੀ ਹੈ ਨiyet ਬੜੀ ਮਾੜੀ ਹੈ ਹੁਣ ਗੁਰੂਦੇਵ ਜੀ ਕੀ ਕਹਿੰਦੇ ਨਾਨਕ ਕਰ ਹੀ ਬੈਠਿਆ ਸ਼ਗੋ ਮਿਲੇ ਜੇ ਨiyet راست ਕਰੇ ਕਈ ਵਾਰ ਨਾ ਆਮ ਤੌਰ ਤੇ ਸਾਡਾ ਸਵਾਲ ਹੁੰਦਾ ਵੀ ਉਹ ਬੰਦੇ ਤੇ ਕਰਮ ਪੜੇ ਚੰਗੇ ਸਨ ਪਰ ਉਹਦੇ ਨਾਲ ਉਹਨੂੰ ਦੁੱਖ ਬੜਿਆ ਹੁੰਦਾ। ਵੀ ਕਰਮ ਚੰਗੇ ਨੇ ਉਹਦੇ ਨਾਲ ਕੋਈ ਵੀ ਕੰਮ ਉਹਦਾ ਚੰਗਾ ਨਹੀਂ ਹੁੰਦਾ। ਹੁਣ ਕਰਮ ਤੇ ਚੰਗੇ ਨੇ ਪਰ ਉਹ ਚੰਗੇ ਕਰਮ ਕਿਸ ਨੀਅਤ ਨਾਲ ਕੀਤੇ ਗਏ ਨੇ ਇਹ ਵੀ ਤੇ ਮਾਇਨਾ ਰੱਖਦਾ ਨਾ ਜੀ। ਤੁਸੀਂ ਚੰਗੇ ਕੰਮ ਕਿਉਂ ਕਰਦੇ ਪਇਓ? ਕਿਸ ਲਈ ਕਰਦੇ ਪਇਓ? ਇਹ ਮਾਇਨੇ ਰੱਖਦਾ। ਤੇ ਕਈ ਵਾਰੀ ਐਸਾ ਵੀ ਹੋ ਜਾਂਦਾ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਕਈ ਵਰੀ ਤੁਹਾਡਾ ਬਾਹਰੀ ਦਿਖਾਵਾ ਚੰਗਾ ਨਹੀਂ ਹੁੰਦਾ ਕਈ ਕਰੀ ਤੁਹਾਡੇ ਬੋਲ ਵੀ ਬੜੇ ਕੁਰਖਤ ਹੁੰਦੇ ਨੇ ਪਰ ਤੁਹਾਡੀ ਨੀਅਤ ਬੜੀ پاک ਸਾਫ਼ ਤੇ ਪਵਿੱਤਰ ਹੁੰਦੀ ਹੈ ਹੁਣ ਕੁਰਖਤ ਬੋਲ ਵੀ ਪ੍ਰਵਾਨ ਪੈ ਜਾਂਦੇ ਨੇ ਪਰ ਬੋਲ ਤੁਹਾਡੇ ਬੜੇ ਮਿੱਠੇ ਨੇ ਪਰ ਨੀਅਤ ਬੜੀ ਮਾੜੀ ਹੈ ਉਹ ਤੁਹਾਡੇ ਮਿੱਠੇ ਬੋਲ ਵੀ ਜ਼ਹਿਰ ਬਣ ਜਾਂਦਾ ਹੈ ਤੁਸੀਂ ਸੱਚ ਬੋਲਦੇ ਹੋ ਪਰ ਬੋਲਦੇ ਬੜੀ ਮਾੜੀ ਨੀਅਤ ਨਾਲ ਉਹ ਸੱਚ ਝੂਠ ਤੋਂ ਵੀ ਅਲੱਗ ਦਰਜੇ ਦਾ ਖਤਰਨਾਕ ਹੋ ਜਾਂਦਾ ਪਰ ਤੁਸੀਂ ਬੋਲਿਆ ਝੂਠ ਹੈ ਪਰ ਤੁਹਾਡੀ ਨੀਅਤ ਉਹਦੇ ਪਿੱਛੇ ਬੜੀ ਚੰਗੀ ਸੀ ਹੁਣ ਉਹ ਝੂਠ ਵੀ ਸੱਚ ਤੋਂ ਅੱਗੇ ਹੋ ਜਾਂਦਾ ਹੈ ਗਲਤ ਸਿਰਫ ਇਹ ਹੈ ਕਿ ਤੁਹਾਡੇ ਕਰਮ ਨਹੀਂ ਦੇਖੇ ਜਾਂਦੇ ਤੁਹਾਡੀ ਨੀਅਤ ਦੇਖੇ ਜਾਂਦੇ ਤੇ ਜੇਕਰ ਨੀਅਤ پاک ਹੈ ਤੇ ਤੁਹਾਡਾ ਕੋਈ ਵੀ ਕਰਮ ਨਾਪਾਕ ਨਹੀਂ ਹੋ ਸਕਦਾ ਇਹ ਨੋਟ ਕਰ ਲਿਓ ਅਗਰ ਤੁਹਾਡੀ ਨੀਅਤ ਚੰਗੀ ਹੈ ਤੇ ਤੁਹਾਡਾ ਕੋਈ ਵੀ ਕਰਮ ਮਾੜਾ ਨਹੀਂ ਹੋਏਗਾ ਹਾਂ ਨੀਅਤ ਮਾੜੀ ਹੈ ਫਿਰ ਤੁਸੀਂ ਚੰਗਾ ਕਰੋਗੇ ਫਿਰ ਉਹਨੂੰ ਮਹਾਰਾਜ ਕਹਿੰਦੇ ਭੇਖ ਕਰਦਾ ਹੈ ਪਖੰਡ ਕਰਦਾ ਹੈ ਉਹਨੂੰ ਭੇਕ ਕਹਿੰਦੇ ਉਹਨੂੰ ਪਖੰਡ ਕਹਿੰਦੇ ਉਹਨੇ ਗੁਰੂਦੇਵ ਜੀ ਕਹਿੰਦੇ ਨੇ ਉਜਲ ਕਹਾਂ ਝਲਕਣਾ ਕੋਟਮ ਕਲੜੀ ਮਸ ਥੋਦਿਆਂ ਜੂਠ ਨਾ ਉਤਰੀ ਜੈਸੋ ਧੋਵਾ ਤੇਸ ਤੋਂ ਜ਼ਰੂਰੀ ਕੀ ਹੈ ਜ਼ਰੂਰੀ ਹੈ ਆਪਣੇ ਮਨ ਨੂੰ ਪਾਕ ਰੱਖਣਾ ਪਵਿੱਤਰ ਰੱਖਣਾ ਆਪਣੀ ਨੀਅਤ ਨੂੰ ਪਾਕ ਸਾਫ ਤੇ ਪਵਿੱਤਰ